ਲਾਹੌਰ ਸੈਸ਼ਨ ਕੋਰਟ ਦੀ ਸਿਕਿਉਰਿਟੀ ਤੇ ਸਵਾਲਿਆ ਨਿਸ਼ਾਨ 20 ਇੰਚ ਫਾਇਰਿੰਗ ਦਾ ਦੂਜਾ ਵਾਕਿਆ ਦੋ ਗਰੁੱਪਾਂ ਵਿੱਚ ਫਾਇਰਿੰਗ ਨਾਲ ਇੱਕ ਵਕੀਲ ਜਾਂ ਬਾਹਕ ਦੂਜਾ ਜ਼ਖਮੀ ਪੁਲਿਸ ਮੁਲਜ਼ਮ ਕੋ ਹਿਰਾਸਤ ਵਿੱਚ ਘਿਣ ਗਿਧਾ ਐਮਕੇਐਮ ਪੀਆਈਬੀ ਦੇ ਇੰਟਰਾ ਪਾਰਟੀ ਇਲੈਕਸ਼ਨ ਗੈਰ ਕਾਨੂੰਨੀ ਹਨ ਬਹਾਦਰਾਬਾਦ ਗਰੁੱਪ ਇੰਤਖਾਬਾਤ ਕੋ ਚੈਲੰਜ ਕਰ ਦਿੱਤਾ ਇਲੈਕਸ਼ਨ ਕਮਿਸ਼ਨ ਦਰਖਾਸਤ ਤੇ 27 ਫਰਵਰੀ ਸੰਗੇ ਨੋਟਿਸ ਜਾਰੀ ਕਰ ਦਿੱਤਾ ਅਦਾਲਤਾਂ ਵਿੱਚ ਚੋਰ ਮਾਫੀਆ ਗੋਡਫਾਦਰ ਆਖਿਆ ਵੇਂਦੇ ਕਾਨੂੰਨ ਖਤਮ ਕਰਨ ਦੀ ਧਮਕੀ ਦਿੱਤੀ ਵੇਂਦੀ ਹੈ ਕਿ ਪਾਰਲੀਮਾਨ ਕੋ ਕਾਨੂੰਨ ਸਾਜ਼ੀ ਤੇ ਹਕੂਮਤ ਕੋ ਫੈਸਲਿਆਂ ਦਾ ਹੱਕ ਕਹਿ ਨਹੀਂ ਵਜ਼ੀਰ ਆਜ਼ਮ ਕੌਮੀ ਅਸੈਂਬਲੀ ਵਿੱਚ ਫਟ ਪੇ ਐਵਾਨ ਤੋਂ ਮਾਮਲੇ ਤੇ ਬਹਿਸ ਦੀ ਅਪੀਲ ਪੀਪਲਸ ਪਾਰਟੀ ਦੇ ਰਹਿਨਮਾ ਬੈਰਿਸਟਰ ਇਤਜ਼ਾਜ਼ ਅਹਿਸਨ ਨੂਨ ਲੀਗ ਕੋ ਗਾਲਮ ਗਲੋਚ ਬ੍ਰਿਗੇਡ ਕਰਾਰ ਦੇ ਦਿੱਤਾ ਆਹ ਦਿਨ ਤਸ਼ਵੀਸ਼ ਦੀ ਗੱਲ ਇਹ ਵਜ਼ੀਰ ਆਜ਼ਮ ਸ਼ਾਹਿਦ ਖਾਕਾਨ ਅਬਾਸੀ ਵੀ ਈ ਬ੍ਰਿਗੇਡ ਦਾ ਹਿੱਸਾ ਬਣ ਚੁੱਕੇ ਅਦਾਲਤੀ ਰਿਮਾਰਕਸ ਕੋ ਆਪਣੇ ਉੱਤੇ ਘਿਣਣ ਮਤਲਬ ਚੋਰ ਕੀ ਦਾੜੀ ਮੇਂ ਤਿੰਨ ਕਹੇ ਦੁਨੀਆ ਕ੍ਰਿਕਟ ਦੇ ਆਲਮੀ ਸਿਤਾਰੇ ਜਗਮਗਾਵਣ ਕੋ ਤਿਆਰ ਪਾਕਿਸਤਾਨ ਸੁਪਰ ਲੀਗ 3 ਲੂਨੀ ਦੀ ਦੂਰੀ ਤੇ ਟਰਾਫੀ ਦੀ ਰੁਨਮਾਈ ਅੱਜ ਦੁਬਈ ਵਿੱਚ ਥੀ ਸੀ ਇਫਤਤਾਹੀ ਤਕਰੀਬ ਜੁਮੇਰਾਤ ਕੋ ਸਜ ਸੀ